9X Tashan Song Stories. High standard ਦੇਖਣ 'ਚ ਬਹੁਤ ਸਿੰਪਲ ਗਾਣਾ ਆ ਔਰ ਜਿੰਨਾ ਅਸੀਂ ਸ਼ੂਟ ਕਰਨਾ ਚਾਹੁੰਦੇ ਸੀ ਉਹ ਨਹੀਂ ਹੋਇਆ। ਟੂ ਬੀ ਵੈਰੀ ਓਨੈਸਟ, ਮੈਂ ਸੈਟਿਸਫਾਈ ਸੀਗੀ ਨਹੀਂ। ਜਦੋਂ ਵੀਡੀਓ ਆਈ ਮੈਂ ਨਮ ਹੋ ਗਈ ਸੀਗੀ ਬਹੁਤ ਜ਼ਿਆਦਾ, ਅਤੇ ਮੈਨੂੰ ਲੱਗਿਆ ਯਾਰ ਉਹ ਗੱਲ ਨਹੀਂ ਬਣੀ। ਬਟ ਬੈਕ ਦੇ ਉੱਤੇ ਦੇਖਿਆ ਜਾਵੇ, ਜਦੋਂ ਪਹਿਲੇ ਦਿਨ ਅਸੀਂ ਸ਼ੂਟ ਕੀਤਾ ਮੇਰੀ ਫਲਾਈਟ ਕੈਂਸਲ ਹੋਈ, ਬਿਕੋਜ਼ ਕੈਨੇਡਾ ਦੇ 50 ਸਾਲ ਬਾਅਦ ਸਭ ਤੋਂ ਕੋਲਡੈਸਟ ਡੇ ਸੀਗੇ ਉਹ ਦੋ, 1 ਜਨਵਰੀ ਐਂਡ 2 ਜਨਵਰੀ ਨੂੰ ਸ਼ੂਟ ਹੋਇਆ ਸੀ, ਆਈ ਸਟਿਲ ਰਿਮੈਂਬਰ। ਐਂਡ ਫਸਟ ਡੇ ਟੈਂਪਰੇਚਰ ਸੀਗਾ -26 ਔਰ ਵਿੰਡੀ ਸੀਗਾ, ਫੀਲ ਲਾਈਕ -51, ਮਤਲਬ ਇੰਨੀ ਹਵਾ ਚੱਲ ਰਹੀ ਸੀ। ਔਰ ਮੈਨੂੰ ਵਾਰਨਿੰਗ ਦਿੱਤੀ ਗਈ ਡਾਕਟਰ ਵੱਲੋਂ ਕਿ ਜੇ ਤੁਸੀਂ ਸ਼ੂਟ ਕੀਤਾ ਤਾਂ ਤੁਹਾਡੇ ਨਰਵਸ ਜਾਮ ਹੋ ਸਕਦੇ ਨੇ ਔਰ ਤੁਹਾਡੇ ਅੰਗ ਵੱਢਣੇ ਪੈ ਸਕਦੇ, ਬਿਕੋਜ਼ ਫਰੋਸਟ ਬਾਈਟ ਹੋ ਜਾਂਦੀ ਹੈ, ਬਿਲਕੁਲ ਬਲੱਡ ਫਰੀਜ਼ ਹੋ ਜਾਂਦਾ। ਮੈਂ ਬਹੁਤ ਵੱਡਾ ਰਿਸਕ ਲਿਆ ਆਪਣੀ ਲਾਈਫ ਨਾਲ, ਸ਼ਾਇਦ ਉਹ ਟਾਈਮ ਪਸੰਦ ਆਇਆ ਕਿਉਂਕਿ ਵੀਡੀਓ 'ਚ ਚਾਹੇ ਉਨਾ ਸਟਰਗਲ ਦੇਖਿਆ ਨਹੀਂ, ਬਟ ਆਫ ਦ ਕੈਮਰਾ ਬਹੁਤ ਵੱਡਾ ਸਟਰਗਲ ਸੀਗਾ। 2 ਦਿਨ ਸ਼ੂਟ ਕੀਤਾ ਔਰ ਉਸ ਤੋਂ ਬਾਅਦ ਮੇਰੀ ਬੋਨਸ 'ਚ ਪ੍ਰੋਬਲਮ ਆ ਗਈ, ਬਿਕੋਜ਼ ਜਦੋਂ ਸੁੱਕੀ ਠੰਡ ਲੱਗਦੀ ਹੈ ਤੁਹਾਨੂੰ ਤੁਹਾਡੀ ਬੋਨਸ 'ਚ ਬੋਨਸ ਬਹੁਤ ਜ਼ਿਆਦਾ ਵੀਕ ਹੋ ਜਾਂਦੀਆਂ ਨੇ, ਤਾਂ ਉਹਦੇ ਪਿੱਛੇ ਸਟਰਗਲ ਸੀਗਾ। ਐਂਡ ਸੁਰਮਾ ਬੋਲੇ ਪਿੱਛੇ ਸਟਰਗਲ ਇਹ ਸੀਗਾ ਕਿ ਮੈਂ ਕੋਵਿਡ ਤੋਂ ਰਿਕਵਰ ਹੋ ਕੇ ਗਈ ਸੀਗੀ ਔਰ 24/7 ਮੇਰੇ ਨੈੱਕ ਦੇ ਵਿੱਚ ਪੇਨ, ਬੈਕ ਦੇ ਵਿੱਚ ਪੇਨ, ਐਂਡ ਆਲ ਆਫ ਸਡਨ ਬਿਕੋਜ਼ ਆਫ ਸਟੀਰੋਇਡਸ ਜਦੋਂ ਬੋਡੀ ਦੇ ਵਿੱਚ ਗਏ ਤਾਂ ਮੈਂ ਕਾਫੀ ਬਲੋਟ ਕਰ ਗਈ ਔਰ ਮੈਂ ਭੁੱਖੇ ਰਹਿ ਕੇ ਜਾਂ ਜਿਵੇਂ ਮਰਜ਼ੀ ਕਿ ਮੈਂ ਅੱਛੀ ਦਿਖਾਂ। ਸੋ ਮੇਰਾ ਬੋਡੀ ਨੂੰ ਲੈ ਕੇ ਸਟਰਗਲ ਬਹੁਤ ਰਿਹਾ ਹਰੇਕ ਗਾਣੇ ਦੇ ਪਿੱਛੇ, ਅਤੇ ਇਹੀ ਸਟੋਰੀਜ਼ ਨੇ ਕਿ ਆਈ ਡੋਂਟ ਨੋ, ਸ਼ਾਇਦ ਰੱਬ ਦੇਖਦਾ ਜਦੋਂ ਲੋਕ ਨਹੀਂ ਦੇਖ ਪਾਉਂਦੇ ਤਾਂ ਕੁਛ ਨਾ ਕੁਛ ਉਹਦਾ ਫਲ ਮਿਲਦਾ ਆ। 9X Tashan Song Stories, Song Stories, 9X Tashan Song Stories.